ਕੀ ਨਾਮ ਹੈ ਤੁਹਾਡਾ ਤੇ ਕਿਹੜਾ ਥਾਣਾ ਤੇ ਕੀ ਮਾਮਲੇ ਦਾ ਬੰਦੇ ਕਰ? ਮੈਂ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਸਪੈਸ਼ਲ ਸਟਾਫ ਬਠਿੰਡਾ ਲੱਗਿਆ ਹੋਇਆ। ਜਿਹੜੇ ਆਪ ਬੰਦੇ ਬੜੇ ਚਾਰ ਕਾਲੇ ਮਾਮਲੇ, ਇਹ ਮਿਤੀ 26 ਤਰੀਕ ਨੂੰ ਪੁਲਿਸ ਨੂੰ ਸਾਨੂੰ ਗੁਪਤ ਸੂਚਨਾ ਮਿਲੀ ਸੀਗੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਮ੍ਰਿਤਕ ਦੇ ਚੰਡੀਗੜ੍ਹ ਤੋਂ ਆ ਰਹੀ ਸੀਗੀ। ਉਸ 'ਚ ਜਿਹੜਾ ਲੋਕਾਂ ਦਾ ਇਕੱਠ ਹੋਇਆ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਕੋਈ ਜੇਬਾਂ ਕੱਟ ਰਹੇ ਗਏ ਅਤੇ ਜੇਬਾਂ 'ਚੋਂ ਪਰਸ ਚੋਰੀ ਕਰ ਰਿਹਾ ਹੈ, ਜਿਸ ਦੀ ਗੁਪਤ ਸੂਚਨਾ ਆਧਾਰ 'ਤੇ ਅਸੀਂ ਮੁਕੱਦਮਾ ਦਰਜ ਕਰਕੇ ਚੈੱਕ ਕੀਤਾ ਤਾਂ ਸਾਨੂੰ ਇੱਕ ਕਾਰ HR 14P9614 ਵਿੱਚ ਚਾਰ ਨੌਜਵਾਨ ਪੈਸੇ ਵੰਡਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਮੇਜਰ ਸਿੰਘ ਪੁੱਤਰ ਗੁਰਤੇਜ ਸਿੰਘ ਨੰਬਰਦਾਰ ਵਾਸੀ ਬੱਜੋਆਣਾ ਦਾ ਪਰਸ ਵੀ ਮਿਲਿਆ ਅਤੇ ਜਿਸ ਪਰਸ ਸੰਬੰਧੀ ਇਹਨਾਂ ਨੇ ਕੋਈ ਸਬੂਤ ਨਹੀਂ, ਜਿਸ ਦੇ ਆਧਾਰ 'ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਚੋਰੀ ਕੀਤੇ 32,000 ਰੁਪਇਆ ਬਰਾਮਦ ਕੀਤਾ ਗਾ ਅਤੇ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਗਾ ਵੀ ਇਹ ਰਾਜਪੁਰੇ ਤੋਂ ਨਾਲ ਉਸ ਇਕੱਠ ਦੇ ਨਾਲ ਸਿਧਾਂਜਲੀ ਨਾਲ ਰਲੇ ਸੀਗੇ ਅਤੇ ਜਿੱਥੇ ਇਹਨਾਂ ਦਾ ਕਿਤੇ ਕੋਈ ਇਕੱਠ 'ਚ ਦਾ ਚੱਲਦਾ ਸੀ, ਮੌਕਾ ਚੱਲਦਾ ਸੀਗਾ, ਉਦੋਂ ਲੋਕਾਂ ਦੀ ਜੇਬਾਂ 'ਚੋਂ ਪੈਸੇ ਚੋਰੀ ਕਰ ਲੈਂਦੇ। ਕਿੰਨੇ ਬੰਦੇ ਸੀ? ਇਹ 4 ਬੰਦੇ ਹੈਗੇ ਜੀ। ਕੱਲ੍ਹ ਤੇ ਆਏ ਸੀ? ਇਹ ਆਪਦੀ ਕਾਰ ਹੈਗੀ ਇਹਨਾਂ ਦੀ ਜੀ, ਨਵੀਨ ਸੈਣੀ ਹੈਗਾ ਇੱਕ ਇਹਨਾਂ 'ਚ ਜੇਬ ਕਤਰਾ ਚੋਰ, ਉਹਨਾਂ ਦੀ ਉਹਦੀ ਕਾਰ ਸੀਗੀ, ਉਸ 'ਤੇ ਆਏ ਸੀਗੇ। ਇਹ ਹਿਸਾਰ ਦੇ ਰਹਿਣ ਵਾਲੇ ਹੈਗੇ, 3 ਬੰਦੇ ਹਿਸਾਰ ਦੇ ਰਹਿਣ ਵਾਲੇ ਆ, ਇੱਕ ਬੰਦਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ। ਕਿਹੜੀ ਕਾਰ ਸੀ? I-20 ਕਾਰ ਸੀਗੀ ਜੀ। ਕਿੱਥੋਂ ਗ੍ਰਿਫਤਾਰ ਕੀਤਾ? ਇਹਨਾਂ ਨੂੰ ਇੱਥੋਂ ਬੀਬੀ ਵਾਲਾ ਚੌਂਕ ਕੋਲੋਂ ਪੋਲੀਟੈਕਨਿਕ ਕਾਲਜ ਕੋਲੋਂ ਗ੍ਰਿਫਤਾਰ ਕੀਤਾ ਜੀ, ਬਠਿੰਡਾ ਤੋਂ। ਨਹੀਂ, ਇਹਨਾਂ ਦੇ ਪਹਿਲਾਂ ਇੱਧਰ ਕੋਈ ਮਾਮਲਾ ਦਰਜ ਨਹੀਂ ਹੋਇਆ, ਬਾਕੀ ਹਜੇ ਇਹਦਾ ਤਫਤੀਸ਼ ਚੱਲ ਰਹੀ ਹੈਗੀ। ਪੁਲਿਸ ਰਿਮਾਂਡ ਅਦਾਲਤ 'ਚ ਪੇਸ਼ ਕੀਤੇ, ਸਾਡੇ ਕੋਲ ਪੁਲਿਸ ਰਿਮਾਂਡ 'ਤੇ ਆ, ਅਸੀਂ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ। 2 ਦਿਨ ਦਾ ਪੁਲਿਸ ਰਿਮਾਂਡ ਹੈ।